ਸਰਜਰ ਸੋਈ ਕਦੋਂ ਦੀ ਸੋਈ? ਇਹਨੂੰ ਤਕਰੀਬਨ 6-7 ਮਹੀਨੇ ਹੋ ਗਏ ਸੀ। ਮਿੱਟੀ ਸੁੱਟ ਲਓ ਥੋੜੀ, ਕਿਉਂ ਭਲਾ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਤਾਂ ਉਹਨੂੰ ਪੱਠਿਆਂ ਦਾ ਜਿਹੜਾ ਤੁਸੀਂ ਦੱਸਦੇ ਨਾ ਮਸਲਾ, ਉਹ ਤਾਂ ਹੈ ਹੀ ਹੈ। ਤਾਂ ਉਹਨਾਂ ਪਿਛਲੀਆਂ ਲੱਤਾਂ ਦਾ ਮਸਲਾ ਲੈ ਗਈ ਟੀਕੇ ਖਾਲੀ ਨਹੀਂ ਲੱਗਣੇ, ਇਹਨਾਂ ਪੋਤਰ ਲੱਗਣੀ ਗਾਂ। ਡ੍ਰਿਪਾਂ ਦੇ ਨਾਲ ਗਾਂ ਦਾ ਲੈਵਲ ਸਿੱਧਾ ਹੋਣਾ, ਇਹਦਾ ਕੈਲਸ਼ੀਅਮ ਇਹਦੇ ਦਰਦਾਂ ਦੇ ਟੀਕੇ ਲੱਗ ਜਾਣਗੇ, ਦਰਦ ਤਾਂ ਠੀਕ ਹੋ ਜਾਏਗੀ, ਲੇਕਿਨ ਜਿਹੜੀ ਕਮਜ਼ੋਰੀ ਹੈਗੀ ਉਹ ਤਾਂ ਨਹੀਂ ਨਾ ਦੂਰ ਹੋਣੀ। ਮੇਰਾ ਹੱਕ ਬਣਦਾ ਜਿਹੜੀ ਗੱਲ ਸਾਰੀ ਸਾਫ਼ ਦੱਸਣਾ। ਸਭ ਤੋਂ ਮੇਨ ਚੀਜ਼ ਹੈਗੀ ਹੈ ਡ੍ਰਿਪਾਂ ਨਾਲ ਖਲੋ ਕੇ ਨਾ, ਅਗਰ ਨਹੀਂ ਨਾ ਖੜੀ ਹੋਏਗੀ ਤੇ ਥੋੜੀ ਸਪੋਰਟ ਦੇ ਖੜੀ ਕਰ ਲੈਣੇ, ਖੜੀ ਕਰ ਦਿਆਂਗੇ ਜਿੱਥੇ ਮਰਜ਼ੀ ਲਾਈ ਨਾ ਡਿੱਗਦੀ ਨਹੀਂ ਫਿਰ ਜਲਦੀ, ਉਹ ਤਾਕਤ ਆ ਜਾਣੀ। ਬੋਤਲ ਦੀ ਬੜੀ ਤਾਕਤ ਹੁੰਦੀ, ਉੱਥੇ ਭਾਈ ਅਸੀਂ ਜੋ ਆਖੋਗੇ ਸਟਾ ਲਾਂਗੇ ਉੱਤੇ। ਅੱਲਾ ਖੈਰ ਕਰੇ, ਅੱਲਾ ਖੈਰ ਕਰੇ, ਸਾਨੂੰ ਇੱਥੇ ਆਉਣਾ ਜਾਣਾ ਵੀ ਉੱਥੋਂ ਆਪਣੇ ਉਹ ਉਸੇ ਤਰ੍ਹਾਂ ਹੀ ਹਰ ਸ਼ਾ ਪਈ ਖਰਾ ਦੀ ਕਿਸੇ ਸ਼ੂਗਰ ਦਾ ਮਰੀਜ਼ ਆ, ਕੱਲ੍ਹ ਦੀ ਭਾਈ ਨੇ ਰੋਟੀ ਖਾਧੀ ਆ ਹੋਊਗਾ, ਉਹ ਵੀ ਧੱਕੇ ਬੜੀ ਵੱਡੀ ਨਸਲ ਦੀ ਗਾਂ, ਗਾਂ ਕਮਜ਼ੋਰ ਹੈ ਬਹੁਤ ਜ਼ਿਆਦਾ। ਐਸਾ ਨਾ ਜੀ ਨਹੀਂ, ਗਾਂ ਉਂਝ ਵੀ ਕਮਜ਼ੋਰ ਹੈ ਨਾ, ਤਕੜੀ ਗਾਂ। ਅਤੇ ਕੁਛ ਦਿਨ ਪਤਾ ਰਾਸਤੇ ਥਕੇਵਾਂ ਥਕੂਵਾਂ ਸਫ਼ਰ ਕਰਕੇ ਆਈ ਕੁਛ। ਸਰ ਇਸਮੇ ਡੈਕਸਪੋਜ ਮੈਂ ਆਪਣੇ ਯੇ ਕਰਨਾ ਹੈ 150 ਐਮ ਐਲ ਜਲਸ਼ਮ ਐਮੀ ਬਈ ਕਾਮ ਫਾਸਟ ਫੋਨ 20-20 ਐਮ ਐਲ ਕੰਪਲੈਕਸ 20 ਐਮ ਐਲ ਔਰ ਸੈਨੋਕੋਮ 10 ਐਮ ਐਲ ਏਵਲ ਕੇ ਇੰਜੈਕਸ਼ਨ 15 ਐਮ ਐਲ ਚਲੋ ਭੱਜੋ।
ਅੱਲਾ ਜਾਣਦਾ ਇਸ ਸਰਜੀ ਦਾ ਸੱਦਣ ਦਾ ਕੌਣ ਸੀ ਇਹ ਜੀ ਸਾਡੀ ਸ਼ੁਕਰ ਕਰੇ ਸਾਡੀ ਲੜਾਈ ਨਹੀਂ ਹੋਈ ਸਾਨੂੰ ਤੁਹਾਡੀ ਕਾਲ ਗਈ ਸਿਰਫ 12 ਇੱਕ ਜਦੋਂ ਉਮਰ ਨੇ ਕੀਤਾ ਜਦੋਂ ਉਮਰ ਇਹ ਤਾਂ ਬਾਅਦ ਮਾਰੀ ਹਾਂਜੀ ਸਾਨੂੰ ਦੇ 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 ਦੇ